ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਪੰਜੀਰੀ ਬਣਾਵਾਂਗੇ। ਥੋੜ੍ਹੀ ਜਿਹੀ ਅੱਧਾ ਕਿਲੋ ਆਟਾ ਹੈਗਾ, ਅੱਧਾ ਕਿਲੋ ਘਿਓ ਹੈ ਦੇਸੀ ਗਾਂ ਦਾ ਵਧੀਆ, ਅਤੇ ਆਹ ਖੰਡ ਹੈ ਅੱਧਾ ਕਿਲੋ ਤੋਂ ਥੋੜ੍ਹੀ ਜਿਹੀ ਵੱਧ ਹੈ ਥੋੜ੍ਹੀ ਜਿਹੀ, ਅਤੇ ਆਹ ਗੂੰਦ ਹੈ, ਆਹ ਖੋਪਾ ਚੀਰ ਕੇ ਰੱਖਿਆ ਆਪਾਂ, ਅਤੇ ਆਹ ਬਦਾਮ ਹੈ, ਆਹ ਕਾਜੂ ਹੈ ਕੁੱਟੇ ਆਪਾਂ ਕੁੰਡੇ 'ਚ, ਤੇ ਆਹ ਮਗਜ਼ ਰਲਵੇਂ ਮਿਲਵੇਂ ਹਰੇ ਤੇ ਚਿੱਟੇ, ਤੇ ਆਹ ਜਮੈਣ ਹੈ, ਆਹ ਖਸਖਸ ਹੈ, ਆਹ ਕਮਰਕਸ ਹੈ, ਆਹ ਕਾਟ ਸਪਾਰੀ ਹੈ, ਆਹ ਇਸਬਗੋਲ ਦਾ ਛਿਲਕਾ ਹੈ। ਬਦਾਮ ਵੀ ਆਪਾਂ ਕੁੱਟ ਕੇ ਰੱਖੇ ਹੋਏ ਹੈ, ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਹੀ ਧਰਾਂਗੇ। ਕੜਾਹੀ ਨੂੰ ਆਪਾਂ ਤੇਲ ਲਾਇਆ ਹੋਇਆ ਹੈਗਾ, ਮਿੱਟੀ ਨਹੀਂ ਲਾਈ, ਤੇਲ ਨਾਲ ਵੀ ਕਾਲਸ ਨਹੀਂ ਲੱਗਦੀ, ਲੈ ਜਾਂਦੀ ਉਹਦੇ। ਹੁਣ ਆਪਾਂ ਘਿਓ ਪਾਵਾਂਗੇ, ਜਦੋਂ ਘਿਓ ਗਰਮ ਹੋ ਗਿਆ ਫਿਰ ਆਪਾਂ ਆਟਾ ਪਾਵਾਂਗੇ। ਹੁਣ ਆਪਾਂ ਆਟਾ ਪਾਵਾਂਗੇ, ਘਿਓ ਗਰਮ ਹੋ ਗਿਆ, ਆਰਾਮ ਨਾਲ ਭੁੰਨਾਂਗੇ ਹੌਲੀ ਹੌਲੀ ਆਟਾ, ਬਾਹਲੀ ਅੱਗ ਨਹੀਂ ਬਾਲਦੇ, ਮੁੱਠੀ ਮੁੱਠੀ ਅੱਗ ਤੇ ਭੁੰਨਾਂਗੇ, ਫਿਰ ਵਧੀਆ ਬਣਦੀ ਹੈ ਪੰਜੀਰੀ। ਲਓ ਆਟਾ ਕੁਛ ਭੁੱਜ ਗਿਆ ਆਪਣਾ, ਤੇ ਆਪਾਂ ਗੂੰਦ ਪਾਵਾਂਗੇ, ਪਹਿਲਾਂ ਪਾਈ ਦੀ ਹੈ, ਦੂਜੇ ਸਮਾਨ ਦੇ ਨਾਲ ਨੀ ਪਾਈ ਦੀ, ਇਹ ਕੱਚੀ ਰਹਿ ਜਾਂਦੀ ਹੈ ਮੁੜ ਕੇ, ਤੇ ਪਹਿਲਾਂ ਭੁੱਜੂਗੀ ਬਾਵਾ, ਫੁੱਲੇ ਬਣ ਜਾਣਗੇ ਵਿੱਚ, ਫੁੱਲੇ ਬਣ ਕੇ ਫਿਰ ਫਿਸ ਜਾਣਗੇ ਆਪ ਹੀ। ਦੂਜਾ ਸਮਾਨ ਆਪਾਂ ਠਹਿਰ ਕੇ ਜੇ ਪਾ, ਦੋ ਤਿੰਨ ਕੁ ਮਿੰਟ ਠਹਿਰ ਕੇ ਪਾਵਾਂਗੇ। ਲਓ ਆਪਣੀ ਗੂੰਦ ਵੀ ਚੰਗੀ ਤਰ੍ਹਾਂ ਹੁਣ ਭੁੱਜ ਗਈ ਹੈ, ਆਟਾ ਵਧੀਆ ਬਰਾਉਨ ਹੋ ਗਿਆ ਭੁੱਜ ਕੇ, ਤੇ ਆਪਾਂ ਹੁਣ ਦੂਜਾ ਸਮਾਨ ਪਾਵਾਂਗੇ, ਖੋਪਾ। ਆਹ ਸਮਾਨ ਆਪਾਂ ਇਕੱਠਾ ਕਰ ਲਾਂਗੇ ਸਾਰਾ, ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਲਾਂਗੇ, ਖੰਡ ਆਪਾਂ ਲਾ ਕੇ ਪਾਵਾਂਗੇ। ਇਹ ਗੋਡੇ ਮੋਢਿਆਂ ਤੋਂ ਢੂਈ ਤੋਂ ਸਿਰ ਤੋਂ ਬਹੁਤ ਚੰਗੀ ਹੈ, ਜੇ ਤੜਕੇ ਆਪਾਂ ਖਾ ਲਈਏ ਚਾਹ ਨਾਲ ਥੋੜ੍ਹੀ ਜਿਹੀ, ਤਾਂ ਸਾਰਾ ਦਿਨ ਥਕਾਵਟ ਨਹੀਂ ਆਉਂਦੀ।
ਢੋਈ ਢਾਈ ਵੀ ਨਹੀਂ ਦੁਖਦੀ। ਥੋੜੀ ਜਿਹੀ ਬਣਾਈ ਹੈ ਵੀ ਥੋੜੀ ਜਿਹੀ ਪੰਜੀਰੀ ਇਸ ਤਰ੍ਹਾਂ ਬਣ ਜਾਂਦੀ ਹੈ। ਜੇ ਕੋਈ ਜਵਾਕ ਕਹੇ, ਕਈ ਵਾਰ ਵੇਹਰ ਜਾਂਦੇ ਵੀ ਪੰਜੀਰੀ ਖਾਣੀ ਹੈ ਤੇ ਇਸ ਤਰ੍ਹਾਂ ਛੇਤੀ ਮਿੰਟੋ ਮਿੰਟ ਬਣ ਜਾਂਦੀ ਹੈ। ਲਓ ਪੰਜੀਰੀ ਆਪਣੀ ਸਾਰਾ ਮਿਲ ਗਈ ਹੈ, ਮਿਲਾ ਲਈ, ਸਾਰਾ ਕੁਛ ਭੁੱਜ ਗਿਆ, ਇਹਨੂੰ ਸੇਕ ਲੱਗ ਗਿਆ। ਬਾਹਲਾ ਸੇਕ ਨਹੀਂ ਆਪਾਂ ਲਵਾਉਣਾ, ਕਿਉਂ ਵਿੱਚ ਉਹ ਕੌੜੇ ਹੋ ਜਾਂਦੇ ਆ ਜੇ ਜ਼ਿਆਦਾ ਸੇਕ ਲੱਗ ਜੇ ਮਗਜ ਮਗਜ ਤੇ। ਆਪਾਂ ਹੁਣ ਲਾਵਾਂਗੇ, ਹੁਣ ਆਪਾਂ ਖੰਡ ਪਾਵਾਂਗੇ। ਥੋੜੀ ਜਿਹੀ ਰੱਖਦੇ ਆ, ਜ਼ਿਆਦਾ ਨਾ ਹੋਵੇ। ਜਿੰਨੀ ਕੁ ਲੋੜ ਹੈ ਆਪਾਂ ਉਨੀ ਕੁ ਪਾਵਾਂਗੇ। ਚੰਗੀ ਤਰ੍ਹਾਂ ਲਾ ਲਾਂਗੇ ਖੰਡ। ਲਓ ਪੰਜੀਰੀ ਆਪਣੀ ਬਣ ਗਈ, ਚੰਗੀ ਤਰ੍ਹਾਂ ਰਲਾ ਲਿਆ ਸਾਰਾ ਕੁਛ, ਖੰਡ ਖੁੰਡ ਵੀ ਵਧੀਆ ਰਲ ਗਈ। ਦੇਖੋ ਕਿੱਡੀ ਵਧੀਆ ਬਣੀ ਹੈ ਪੰਜੀਰੀ। ਤੜਕੇ ਉੱਠ ਕੇ ਖਾਓ ਤੇ ਜਮਾਂ ਚੁਸਤ ਹੋ ਜਾਂਦਾ ਸਰੀਰ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।